ਬਾਦਸ਼ਾਹ ਜਿਹੜਾ ਨਾ, ਬਾਦਸ਼ਾਹ ਜਿਹੜਾ ਰੈਪਰ ਆ ਨਾ, ਉਹ ਬੰਦਾ ਵਾ, ਔਰ ਉਹਨੂੰ ਆਪਾਂ ਚਪੇੜਾ ਜ਼ਰੂਰ ਮਾਰਾਂਗੇ। ਬਾਦਸ਼ਾਹ ਨੂੰ ਜੀ, ਕੀ ਦੁਸ਼ਮਣੀ? ਦੇਖੋ, ਉਹਨੇ ਗਾਲ ਕੱਢੀ ਗਾਣੇ ਦੇ ਵਿੱਚ ਪੂਰੀ ਇੰਡੀਆ ਨੂੰ, ਸਾਰੀ ਦੁਨੀਆ ਬੜੀ ਇੱਦਾਂ ਹੈਗੀ ਹੈ, ਠੀਕ ਹੈ, ਅਸੀਂ ਚੈਲੰਜ ਕਰਦੇ ਉਸ ਗਾਣੇ ਨੂੰ, ਸਾਡੇ ਵਰਗਾ ਗਾਲਾ ਕੱਢ ਕੇ ਦਿਖਾ ਦੇ, ਅਸੀਂ ਮੰਨ ਜਾਂਗੇ ਬਾਦਸ਼ਾਹ ਨੂੰ। ਬਾਦਸ਼ਾਹ ਸਾਡਾ ਦੁੱਖੀ ਬਰਾਬਰ ਵੀ ਨਹੀਂ ਗਾ ਕਰਦਾ ਬੰਦਾ ਜਿਹੜਾ ਨਾ, ਨਹੀਂ ਹੋਇਆ ਕੀ ਰਸਤੇ 'ਚ, ਮਸਲਾ ਕੀ ਹੋਇਆ? ਮਸਲਾ ਕੀ ਹੋਇਆ ਰਸਤੇ 'ਚ? ਸ਼ਿਗਿਰਦ ਪਾਲੇ ਆ ਤੇ ਮੈਂ ਉਹਨੂੰ ਇਹ ਗੱਲ ਕਹਿਣਾ ਚਾਹੁੰਦਾ ਬਾਦਸ਼ਾਹ ਨੂੰ ਕਿ ਬਾਦਸ਼ਾਹ ਚਲੋ ਗਾਣਾ ਦਿਖਾ ਦਿਓ, ਗਾਣਾ ਦਿਖਾ ਦਿਓ ਨਹੀਂ, ਜਿਹੜਾ ਰੈਪਰ ਆ, ਰੈਪਰ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਵੀ ਜੇ ਤੂੰ ਬਾਕੀ ਬਾਦਸ਼ਾਹ, ਪਹਿਲਾਂ ਗਾਣਾ ਦਿਖਾਓ ਭਾਜੀ, ਮੈਂ ਗਾਣਾ ਦਿਖਾ ਰਿਹਾ। ਦਸੰਬਰ ਲੈ ਕੇ ਤੇਰਾ ਨੰਬਰ ਕੀਤੀ ਤੈਨੂੰ ਕਾਲ ਸੋਹਣਿਆ, ਉਹ ਸੋਹਣਿਆ। ਨਿੱਕੇ ਭਾਜੀ ਕੋਲੇ ਜਾਵਾਂਗੇ, ਸਰਫੀਆਂ ਵੀ ਕਰਾਵਾਂਗੇ, ਸਟੋਰੀ ਨਾਲ ਪਾਵਾਂਗੇ ਸੋਹਣਿਆ। ਚੱਲ ਰਿਹਾ 31 ਦਸੰਬਰ ਲੈ ਕੇ ਤੇਰਾ ਨੰਬਰ, ਜੇ ਤੁਹਾਨੂੰ ਗਾਣਾ ਨਾ ਪਸੰਦ ਹੈ ਤੁਹਾਡੇ ਜਿੰਨੇ ਪੈਸੇ ਲੱਗੇ ਸਾਰੇ ਆਪਾਂ ਦੇਵਾਂਗੇ, ਕਿਉਂਕਿ ਸਾਡੇ ਗਾਣੇ ਦੇ ਉੱਤੇ ਖਰਚਾ ਬਹੁਤ ਆ ਗਿਆ, ਔਰ 16.5 ਲੱਖ ਰੁਪਈਆ ਸਾਡੇ ਗਾਣੇ ਦੇ ਖਰਚਾ ਆ ਗਿਆ ਭਾਜੀ। ਕਿੱਥੇ ਸ਼ੂਟ ਕੀਤਾ, ਕੈਨੇਡਾ ਕੀਤਾ? ਇਹ ਨਹੀਂ ਜੀ, ਇੱਥੇ ਕੀਤਾ, ਦੁਬਈ ਦੇ ਵਿੱਚ। ਦੁਬਈ ਦੇ ਵਿੱਚ? ਦੁਬਈ ਆਬੂ ਧਾਬੀ ਦੇ ਵਿੱਚ। ਹਾਂਜੀ, 16 ਲੱਖ ਕਿੱਦਾਂ ਖਰਚਾ ਆ ਗਿਆ? ਜਹਾਜ਼ਾਂ ਦਾ ਖਰਚਾ, ਲੋਕਾਂ ਦਾ ਖਰਚਾ, ਸਾਰੇ ਸਾਡੇ। ਗਾਣਾ ਤੁਹਾਡਾ ਦੇਖਿਆ, ਉਹ ਇਕੱਲਾ ਜਿਮ ਦੇ ਵਿੱਚ ਵਿੱਚ? ਉਹ ਬਾਹਰਲਾ ਜਿਮ, ਇੱਥੇ ਦਾ ਜਿਮ ਨਹੀਂ ਹੈਗਾ, ਉੱਥੇ ਤਾਂ ਜਿਮ ਨਹੀਂ ਦੱਸਿਆ ਗਿਆ, ਬਾਹਰ ਜਿਮ ਸੀਗਾ। ਤਕਰੀਬਨ 16.5 ਲੱਖ ਤੋਂ ਖਰਚਾ ਉੱਤੇ ਆ ਗਿਆ, ਔਰ ਗਾਣਾ ਤੁਸੀਂ ਦੇਖੋ, ਤੁਹਾਨੂੰ ਤੁਹਾਡੇ ਪਹਿਲਾਂ ਤੁਹਾਡਾ ਗੱਲ ਚੱਲ ਰਹੀ, ਤੁਸੀਂ ਕਹਿੰਦੇ 50 ਲੱਖ ਦਾ ਖਰਚਾ ਆ ਗਿਆ, ਹੁਣ 16 ਲੱਖ? ਨਹੀਂ ਨਹੀਂ, 50 ਲੱਖ ਤਾਂ ਹੋਊਗਾ, ਫਿਲਮ ਵੀ ਬਣ ਰਹੀ ਨਾ, ਹਸਤੀਮਾਨ ਗਾਣੇ ਦੀ ਫਿਲਮ ਬਣ ਰਹੀ ਨਹੀਂ, ਹਸਤੀਮਾਨ 2 ਪਾਰਟ ਪੈ ਰਿਹਾ, ਫਿਲਮ 31 ਤਰੀਕ ਨੂੰ ਫਿਲਮ ਵੀ ਪੈ ਰਹੀ ਹੈ ਹਸਤੀਮਾਨ 2, ਉਹਦੇ ਉੱਤੇ ਵੀ ਖਰਚਾ ਕਾਫੀ ਆ ਗਿਆ। ਤਕਰੀਬਨ 16 ਲੱਖ, 16.5 ਲੱਖ ਰੁਪਏ ਖਰਚਾ ਆ ਚੁੱਕਿਆ, ਟੋਟਲ ਲੱਗ ਚੁੱਕਿਆ। ਅਤੇ ਮੈਂ ਕਹਿੰਦਾ ਵੀ ਤੁਹਾਡੇ ਗਾਣਾ ਸੁਣਨ ਤੋਂ ਬਾਅਦ ਜੇ ਤੁਸੀਂ ਸਾਨੂੰ ਨਾ ਚੰਗਾ ਲੱਗਿਆ, ਤੁਹਾਡੇ ਜਿੰਨੇ ਪੈਸੇ ਲੱਗੇ ਸਾਰੇ ਆਪਾਂ ਵਾਪਸ। ਨਹੀਂ, ਪੈਸੇ ਕਿੱਦਾਂ ਲੱਗਣਗੇ? ਯੂਟਿਊਬ 'ਤੇ ਤਾਂ ਫ੍ਰੀ ਹੁੰਦਾ ਉਹ, ਵੈਸੇ ਮਤਲਬ ਟਾਈਮ ਤੁਹਾਡਾ, ਜੋ ਟਾਈਮ ਦੀ ਕੀਮਤ, ਜੋ ਟਾਈਮ ਦੀ ਸ਼ਾਰਟਕਟ ਹੋਏਗੀ। ਥੀਏਟਰ 'ਚ ਵੀ ਆ ਰਿਹਾ ਗਾਣਾ ਭਾਜੀ? ਪੂਰੇ ਇੰਡੀਆ ਦੇ, ਪੂਰੇ ਭਾਰਤ ਦੇ। ਨਹੀਂ, ਗਾਣਾ ਕਿੱਦਾਂ ਤੁਹਾਡਾ ਭਾਜੀ? ਪੈਸੇ ਕਹਿ ਰਹੇ ਲੱਗਣਗੇ, ਪੈਸੇ ਕਿੱਦਾਂ ਗਾਣੇ ਦੇ ਲੱਗਣਗੇ? 16.5 ਲੱਖ ਰੁਪਏ ਲੱਗੇ? ਨਹੀਂ, ਲੋਕਾਂ ਦੇ ਕਿੱਦਾਂ ਲੱਗਣਗੇ? ਦੇਖਣਗੇ ਕਿੱਦਾਂ ਪੈਸੇ ਲੱਗਣਗੇ? ਤੁਸੀਂ ਡਰਾ ਰਹੇ ਲੋਕਾਂ ਨੂੰ? ਮੈਂ ਕਹਿੰਦਾ ਲੋਕਾਂ ਦੇ ਲੋਕ ਤਾਂ ਗਾਣਾ ਹੀ ਸੁਣਨਗੇ, ਤੁਸੀਂ ਪਹਿਲੀ ਕਹਿ ਰਹੇ ਭਾਜੀ? ਨਹੀਂ, ਜੇ ਤਾਂ ਇਹ ਤਾਂ ਨਹੀਂ ਯੂਟਿਊਬ ਤਾਂ ਬਟਨ ਦਵਾਂਗੇ, ਪੈਸੇ ਕੱਟੇ ਜਾਣਗੇ? ਨਹੀਂ ਨਹੀਂ, ਜਿੱਦਾਂ ਕਿ ਮੰਨ ਲਓ ਯੂਟਿਊਬ ਦੇਖਣਗੇ, ਉਹਨਾਂ ਦਾ ਟਾਈਮ ਖਰਾਬ ਹੋਗਾ, ਜੇ ਉਹਨਾਂ ਨੂੰ ਨਹੀਂ ਚੰਗਾ ਲੱਗਾ ਮੈਂ ਟਾਈਮ ਖਰਾਬ ਕਹਿ ਸਕਦੇ ਹੋ? ਮੈਂ ਉਹਨਾਂ ਨੂੰ ਪੈਸੇ ਦੇ ਦੂੰਗਾ। ਉਹ ਤਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਕਿ ਟਾਈਮ ਖਰਾਬ ਹੋਣਾ ਵਾ, ਦੇਖਣਾ। ਨਹੀਂ ਨਹੀਂ, ਗਾਣਾ ਬੁੱਕ ਕਹਿੰਦਾ ਭਾਜੀ, 31 ਦਸੰਬਰ ਲੈ ਕੇ ਤੇਰਾ ਨੰਬਰ ਕੀਤੀ, ਤੈਨੂੰ ਕਾਲ ਸੋਹਣਿਆ। ਗੱਲਬਾਤ ਇਦਾਂ ਦੀ ਐਂਡ ਗਾਰਡਰ, ਗਾਣਾ ਦਿਖਾਓ, ਕਿਹੜਾ ਗਾਣਾ ਦਿਖਾਓ? ਆਪਣੇ ਇਦਾਂ ਨਹੀਂ, ਗਾਣਾ ਹੈ ਕਿੱਥੇ ਆ? ਤੁਸੀਂ ਅੱਗੇ ਵੀ ਕਹਿੰਦੇ ਸੀ ਨਾ ਇਦਾਂ ਦਾ ਗਾਣਾ ਜਿਹੜਾ ਸਾਡਾ ਨਾ ਗਾਣਾ, ਤੁਸੀਂ ਦਿਖਾ ਦਿਓ ਭਾਜੀ ਅੱਜ ਬਹੁਤ। ਭਾਜੀ ਰਸਤੇ 'ਚ ਪੰਗਾ ਕਹਿੰਦੇ ਨਾ ਪਿਆ ਕਰੇ, ਪੰਗਾ ਪੈ ਗਿਆ ਰਸਤੇ 'ਚ? ਉਹ ਰਸਤੇ 'ਚ ਭਾਜੀ ਕਈ, ਤੁਹਾਨੂੰ ਪਤਾ ਵੀ ਸਾਡੇ ਸਿੰਗਰਾਂ ਦੇ ਵਿੱਚ ਵੱਡੇ ਵੱਡੇ ਸਿੰਗਰ ਸਾਡੇ ਤੋਂ ਸੜਦੇ ਆ, ਜਿਵੇਂ ਕਿ ਮੈਂ ਕਹਿ ਦਵਾਂ ਹੁਣ, ਉਹ ਕੀ ਕਹਿੰਦੇ ਪ੍ਰਮੋਸ਼ਨ ਨਾ ਕਰੋ? ਨਹੀਂ, ਮੈਂ ਦੇਖੋ ਐਕਚੁਅਲੀ ਸਾਡੇ ਤੋਂ ਬਹੁਤਾ ਸੜਦਾ ਬੰਦਾ ਜਿਹੜਾ ਨਾ। ਨਹੀਂ, ਹੋਇਆ ਕੀ ਰਸਤੇ 'ਚ, ਮਸਲਾ ਕੀ ਹੋਇਆ? ਮਸਲਾ ਕੀ ਹੋਇਆ ਰਸਤੇ 'ਚ? ਰਸਤੇ 'ਚ ਮਸਲਾ ਕੀ ਹੋਇਆ? ਰਸਤੇ 'ਚ ਮਸਲਾ ਕੀ ਹੋਇਆ? ਮਸਲਾ ਇਹ ਹੋ ਗਿਆ ਜੀ, ਜਿਹੜਾ ਬਾਦਸ਼ਾਹ ਨਾ, ਉਹ ਬੜਾ ਇੱਕ ਨੰਬਰ ਦਾ ਕਮੀਨਾ ਬੰਦਾ, ਉਹ ਕਹਿੰਦਾ ਮੈਂ ਤੇਰੀ ਪ੍ਰਮੋਸ਼ਨ ਨਹੀਂ ਹੋਣ ਦੇਣੀ। ਅੱਛਾ, ਉਹਦੇ ਵਰਗੇ ਮੈਂ ਸ਼ਾਗਿਰਦ ਪਾਲੇ ਆ। ਅੱਛਾ, ਉਹਦੇ ਵਰਗੇ ਸ਼ਾਗਿਰਦ ਪਾਲੇ ਆ, ਤੇ ਮੈਂ ਉਹਨੂੰ ਇਹ ਗੱਲ ਕਹਿਣਾ ਚਾਹੁੰਦਾ ਬਾਦਸ਼ਾਹ ਨੂੰ ਕਿ ਬਾਦਸ਼ਾਹ ਚਲੋ ਗਾਣਾ ਦਿਖਾ ਦਿਓ, ਗਾਣਾ ਦਿਖਾ ਦਿਓ। ਬਾਦਸ਼ਾਹ ਕਿਹੜਾ? ਨਹੀਂ, ਜਿਹੜਾ ਰੈਪਰ ਆ, ਰੈਪਰ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਵੀ ਜੇ ਤੂੰ ਬਾਕੀ ਬਾਦਸ਼ਾਹ, ਪਹਿਲਾਂ ਗਾਣਾ ਦਿਖਾਓ ਭਾਜੀ। ਮੈਂ ਗਾਣਾ ਦਿਖਾ ਰਿਹਾ।
ਮੈਂ ਗਾਣਾ ਤੁਹਾਨੂੰ ਸੁਣਾ YouTube ਤੇ ਪੈ ਗਿਆ ਹੋਇਆ। ਹਾਂਜੀ YouTube ਤੇ ਕੀ ਖੁੱਲਦਾ ਪਿਆ? ਬਾਦਸ਼ਾਹ ਜਿਹੜਾ ਨਾ, ਬਾਦਸ਼ਾਹ ਜਿਹੜਾ ਰੈਪਰ ਆ ਨਾ, ਉਹ ਬੰਦਾ ਵਾ, ਔਰ ਉਹਨੂੰ ਆਪਾਂ ਚਪੇੜਾ ਜ਼ਰੂਰ ਮਾਰਾਂਗੇ। ਬਾਦਸ਼ਾਹ ਨੂੰ ਜੀ ਕਿਆ ਉਹਨੇ ਤੁਹਾਡੀ ਕੀ ਦੁਸ਼ਮਣੀ ਹੈ? ਦੇਖੋ ਉਹਨੇ ਗਾਲ ਕੱਢੀ ਗਾਣੇ ਦੇ ਵਿੱਚ ਪੂਰੇ ਇੰਡੀਆ ਨੂੰ, ਸਾਰੀ ਦੁਨੀਆ ਬੜੀ ਇੱਦਾਂ ਹੈਗੀ ਹੈ, ਠੀਕ ਹੈ। ਅਸੀਂ ਚੈਲੰਜ ਕਰਦੇ ਉਸ ਗਾਣੇ ਨੂੰ, ਸਾਡੇ ਵਰਗਾ ਗਾਲਾ ਕੱਢ ਕੇ ਦਿਖਾ ਦੇ, ਅਸੀਂ ਮੰਨ ਜਾਂਗੇ ਬਾਦਸ਼ਾਹ ਨੂੰ। ਬਾਦਸ਼ਾਹ ਸਾਡਾ ਦੁੱਕੀ ਬਰਾਬਰ ਵੀ ਨਹੀਂ ਗਾ, ਨਾਮ ਆਪਣਾ ਬਾਦਸ਼ਾਹ ਰੱਖ ਲਿਆ। ਉਹ ਗੱਲ ਤੁਹਾਨੂੰ ਵੀ ਕਿਤੇ ਨਾ ਕਿਤੇ ਲੱਗੀ ਹੈ, ਪੂਰੀ ਦੁਨੀਆ ਨੂੰ ਲੱਗੀ ਹੈ, ਜੇ ਸਮਝਣ ਦੁਨੀਆ ਤੇ, ਨਹੀਂ ਸਮਝਦੀ ਦੁਨੀਆ ਤੇ ਨਾ ਸਹੀ। ਪਰ ਸਾਡਾ ਜਿਹੜਾ ਗਾਣਾ ਵਾ, ਤੁਸੀਂ ਭਾਜੀ ਕਰੀ ਗਾਣਾ ਸੁਣਾਓ, ਗਾਣਾ ਸੁਣਾਉਣ ਦੀ ਗਾਣੇ ਦੀ ਪ੍ਰੋਮੋਸ਼ਨ ਕਰਨ ਆਏ ਹੋ, ਛੱਡੋ ਗਾਣਾ ਸੁਣਾਓ। ਦੇਖੋ ਇਹ ਗਾਣਾ We'll be right back.